ਕੈਪਟਨ ਅਮਰਿੰਦਰ, ਸੁਨੀਲ ਜਾਖੜ ਇਹਨਾਂ ਦਾ ਪੰਜਾਬ ਪ੍ਰਧਾਨ ਤੇ ਕੇਵਲ ਢਿੱਲੋਂ ਇਹ ਲੀਡਰ ਹੁਣ ਪੰਜਾਬ ਦੇ ਜਦੋਂ ਪਿੰਡਾਂ 'ਚ ਵੜਨਗੇ ਤਾਂ ਪਿੰਡ ਪੰਜਾਬ ਦੇ ਲੋਕ ਤਿਆਰ ਨੇ ਕੋਠਿਆਂ ਦੇ ਪਾਥੀਆਂ ਲੈ ਕੇ ਇਹਨਾਂ ਦਾ ਸਵਾਗਤ ਕਰਨ ਵਾਸਤੇ। ਮੋਦੀ ਸਰਕਾਰ ਨੂੰ ਕਹਿਣਾਗੇ ਕਾਂਤੇ ਲਿਖਿਆ ਪੜ੍ਹ ਲਾ, MSP ਦੇ ਕਾਨੂੰਨ ਦੀ ਗਾਰੰਟੀ ਬਣਵਾ ਕੇ ਰਹਾਂਗੇ ਤੇ ਜਿਹੜੇ ਸਾਡੇ ਕਿਸਾਨਾਂ ਦੇ ਪਰਚੇ ਨੇ ਦਿੱਲੀ ਅੰਦੋਲਨ ਵੇਲੇ ਉਹਨਾਂ ਨੂੰ ਰੱਦ ਕਰਾ ਕੇ ਰਹਾਂਗੇ। ਤੇ ਲਖਮੀਰਪੁਰ ਖੀਰੀ ਦੇ ਜਿਹੜਾ ਉਹ ਗੁੰਡਾ ਅਜੇ ਮਿਸਰਾ ਟੈਣੀ, ਉਸ ਨੂੰ ਫਾਹੇ ਲਵਾ ਕੇ ਹਟਾਂਗੇ ਤੇ ਉਹਨੂੰ ਵਜ਼ੀਰੀ ਤੋਂ ਲਹਾ ਕੇ ਹਟਾਂਗੇ। ਕੱਲ੍ਹ ਭਾਰਤੀ ਕਿਸਾਨ ਏਕਤਾ ਉਗਰਾਹਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ 2 ਦਿਨ ਲਈ ਅਸੀਂ ਜਿਹੜੇ ਹੈਗੇ ਨੇ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਫ੍ਰੀ ਕਰਾਂਗੇ ਅਤੇ ਭਾਜਪਾ ਲੀਡਰਾਂ ਦੇ ਘਰ ਦੇ ਅੱਗੇ ਧਰਨਾ ਵੀ ਦੇਵਾਂਗੇ, ਘਿਰਾਵ ਕਰਾਂਗੇ। ਇਸ ਵਕਤ ਮੈਂ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਦੇ ਸਥਿਤ ਜਿਹੜਾ ਹੈਗਾ ਕਾਲਾ ਝਾੜ ਟੋਲ ਪਲਾਜ਼ਾ ਵਿਖੇ ਮੌਜੂਦ ਹਾਂ। ਇਹ ਫ੍ਰੀ ਕਰਵਾਇਆ ਗਿਆ ਭਾਰਤੀ ਕਿਸਾਨ ਏਕਤਾ ਉਗਰਾਹਾਂ ਵੱਲੋਂ ਕਰਵਾਇਆ ਗਿਆ ਫ੍ਰੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਇੱਥੇ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਵਿੱਚ ਗੱਡੀਆਂ ਲੰਘਦੀਆਂ ਨੇ। ਸੋ ਕਿਸਾਨਾਂ ਵੱਲੋਂ ਇੱਕ ਤਰ੍ਹਾਂ ਦਾ ਆਪਾਂ ਕਹਿ ਦਈਏ ਕੇਂਦਰ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ। ਸੋ ਪ੍ਰਧਾਨ ਜੀ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਪ੍ਰਧਾਨ ਜੀ, ਅੱਜ ਪੂਰੇ ਪੰਜਾਬ ਦੇ ਟੋਲ ਪਲਾਜ਼ਾ ਫ੍ਰੀ ਕਰਵਾਏ ਗਏ ਨੇ, ਕੀ ਕਹਿਣਾ ਚਾਹੋਗੇ? ਬਿਲਕੁਲ, ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਪੂਰੇ ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕਰਾਏ ਗਏ ਨੇ ਅਤੇ BJP ਦੇ 3 ਵੱਡੇ ਲੀਡਰ ਕੈਪਟਨ ਅਮਰਿੰਦਰ, ਸੁਨੀਲ ਜਾਖੜ ਇਹਨਾਂ ਦਾ ਪੰਜਾਬ ਪ੍ਰਧਾਨ ਅਤੇ ਕੇਵਲ ਢਿੱਲੋਂ ਇਹਨਾਂ ਦੀਆਂ ਕੋਠੀਆਂ ਦਾ ਘਿਰਾਓ ਕੀਤਾ ਜਾ ਰਿਹਾ ਹੈਗਾ। ਇਸ ਕਰਕੇ ਮੋਦੀ ਹਕੂਮਤ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਲੈਕਸ਼ਨ ਆ ਰਹੀਆਂ ਨੇਗੀਆਂ, ਇਸ ਕਰਕੇ ਤੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਵੜਨਾ ਇਹਨਾਂ ਲੀਡਰਾਂ ਨੇ। ਇਹ ਲੀਡਰ ਹੁਣ ਪੰਜਾਬ ਦੇ ਜਦੋਂ ਪਿੰਡਾਂ 'ਚ ਵੜਨਗੇ ਤਾਂ ਪਿੰਡ ਪੰਜਾਬ ਦੇ ਲੋਕ ਤਿਆਰ ਨੇ ਕੋਠਿਆਂ ਦੇ ਪਾਥੀਆਂ ਲੈ ਕੇ ਇਹਨਾਂ ਦਾ ਸਵਾਗਤ ਕਰਨ ਵਾਸਤੇ। ਇਸ ਕਰਕੇ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਨੇ ਪੂਰੇ ਪੰਜਾਬ ਦੇ ਟੋਲ ਪਲਾਜ਼ੇ ਫ੍ਰੀ ਕਰਕੇ ਇਹ ਇੱਕ ਜਿਹੜੇ ਸਾਡੇ ਦਿੱਲੀ ਕਿਸਾਨ ਲੀਡਰ ਲੜ ਰਹੇ ਨੇਗੇ, ਸਾਡੇ ਕਿਸਾਨ ਵੀਰ ਲੜ ਰਹੇ ਨੇਗੇ, ਬੇਸ਼ੱਕ ਉਹਨਾਂ ਦਾ ਰਾਜਨੀਤਿਕ ਮੋਰਚਾ ਅਲੱਗ ਹੈ, ਉਹ ਡੱਲੇਵਾਲ ਸਾਹਿਬ ਅਤੇ ਸੰਘਰਸ਼ ਕਮੇਟੀ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਲੜ ਰਹੇ ਨੇ, ਪਰ ਸਾਡਾ ਉਹਨਾਂ ਨੂੰ ਫੁੱਲ ਸਮਰਥਨ ਹੈ। ਅਸੀਂ ਇੱਥੇ ਬੈਠ ਕੇ ਉਹ ਸਾਡੇ ਵੀਰਾਂ ਦਾ ਸਮਰਥਨ ਕਰ ਰਹੇ ਹਾਂ। ਮੋਦੀ ਸਰਕਾਰ ਨੂੰ ਕਹਿਣਾ ਕਿ ਕਾਂਤੇ ਲਿਖਿਆ ਪੜ੍ਹ ਲਾ, MSP ਦੇ ਕਾਨੂੰਨ ਦੀ ਗਾਰੰਟੀ ਬਣਵਾ ਕੇ ਰਹਾਂਗੇ ਅਤੇ ਜਿਹੜੇ ਸਾਡੇ ਕਿਸਾਨਾਂ ਦੇ ਪਰਚੇ ਨੇ ਦਿੱਲੀ ਅੰਦੋਲਨ ਵੇਲੇ ਉਹਨਾਂ ਨੂੰ ਰੱਦ ਕਰਾ ਕੇ ਰਹਾਂਗੇ ਅਤੇ ਲਖਮੀਰਪੁਰ ਖੀਰੀ ਦੇ ਜਿਹੜਾ ਉਹ ਗੁੰਡਾ ਅਜੇ ਮਿਸਰਾ ਟੈਣੀ, ਉਸ ਨੂੰ ਫਾਹੇ ਲਵਾ ਕੇ ਹਟਾਂਗੇ ਅਤੇ ਉਹਨੂੰ ਵਜ਼ੀਰੀ ਤੋਂ ਲਹਾ ਕੇ ਹਟਾਂਗੇ। ਇਸ ਕਰਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਕਾਲਾ ਟੋਲ ਭਲਾਜੇ 'ਤੇ ਸਾਡੇ ਬਲਾਕ ਭਾਨੀਗੜ੍ਹ ਵੱਲੋਂ ਕੁੱਲ 15 ਪਿੰਡਾਂ ਦੀ ਡਿਊਟੀ ਲੱਗੀ ਹੋਈ ਹੈ, ਸਾਡੇ ਬਾਕੀ ਹੋਰ ਪਿੰਡਾਂ ਦੀ 20 ਪਿੰਡਾਂ ਦੀ ਡਿਊਟੀ ਪਟਿਆਲੇ ਲੱਗੀ ਹੈ, ਕਿਉਂਕਿ ਪਟਿਆਲਾ, ਮਰੇਕੋਟਲਾ ਅਤੇ ਸੰਗਰੂਰ ਇਹ 3 ਬਲਾਕ ਕੈਪਟਨ ਦੀ ਕੋਠੀ ਅੱਗੇ ਜਾ ਰਹੇ ਨੇ। ਇਸ ਕਰਕੇ ਸਾਡਾ ਉਹ ਵੀਰਾਂ ਨੂੰ ਸਮਰਥਨ ਆ ਜਿਹੜੇ ਦਿੱਲੀ ਲੜ ਰਹੇ ਨੇਗੇ, ਕਿਉਂਕਿ ਸੰਯੁਕਤ ਮੋਰਚੇ ਦਾ ਜਦੋਂ ਤੱਕ ਕੋਈ ਐਲਾਨ ਨਹੀਂ ਆਉਂਦਾ, ਕੱਲ੍ਹ ਨੂੰ 18 ਤਰੀਕ ਨੂੰ ਸ਼ਾਮ ਨੂੰ ਮੀਟਿੰਗ ਹੈ ਸੰਯੁਕਤ ਮੋਰਚੇ ਦੀ, ਉੱਥੋਂ ਕੀ ਐਲਾਨ ਨਿਕਲਦਾ ਹੈ ਉਦੋਂ ਬਾਅਦ ਦੇਖਾਂਗੇ। ਜੇ ਸਾਨੂੰ ਹੁਕਮ ਆਉਂਦਾ ਹੈ ਵੀ ਕੱਲ੍ਹ ਨੂੰ ਇਹ ਚਾਲੇ ਪਾਉਣੇ ਨੇ ਤਾਂ ਇੱਥੋਂ ਅਸੀਂ ਸਮਾਨ ਪੱਟ ਕੇ ਕੱਲ੍ਹ ਨੂੰ ਚਾਲੇ ਪਾ ਦਾਂਗੇ। ਜੇ ਸਾਨੂੰ ਹੁਕਮ ਆਉਂਦਾ ਵੀ ਇੱਥੇ ਲੜਨਾ, ਇੱਥੇ ਬੈਠ ਕੇ ਲੜਨਾ ਟੋਲ ਪਲਾਜ਼ਿਆਂ 'ਤੇ, ਤਾਂ ਇੱਥੇ ਬੈਠ ਕੇ ਲੜਾਂਗੇ। ਇਸ ਕਰਕੇ ਉਹਨਾਂ ਵੀਰਾਂ ਨੂੰ ਸਾਡਾ ਸਮਰਥਨ ਹੈ। ਕਿਤੇ ਨਾ ਕਿਤੇ ਕੇਂਦਰ ਨੂੰ ਬਹੁਤ ਵੱਡਾ ਝਟਕਾ ਲੱਗੂ ਇਸ ਦੇ ਨਾਲ, ਤੁਸੀਂ ਮੰਨਦੇ ਹੋ ਗੱਲ? ਬਿਲਕੁਲ, ਇਹ ਮੋਟਾ ਮੋਟਾ ਅੰਕੜਾ ਹੈ। ਪਿਛਲੇ ਦਿਨਾਂ ਵਿੱਚ ਅਸੀਂ ਇੱਕ ਸਾਲ ਟੋਲ ਪਲਾਜ਼ਾ ਅਸੀਂ ਫ੍ਰੀ ਰੱਖਿਆ ਗਾ, ਇਹਦਾ ਮੋਟਾ ਮੋਟਾ ਅੰਕੜਾ ਸਾਡੇ ਜਿਹੜੇ ਵੀਰ ਪੱਕਾ ਅੰਕੜਾ ਨਹੀਂ ਹੈਗਾ ਕਿ ਇਸ ਜਿਹੜਾ ਇਹ ਠੇਕਾ ਹੈ, ਇਹ ਠੇਕਾ 9.5 ਲੱਖ ਰੁਪਏ ਦਾ ਇੱਕ ਦਿਨ ਦਾ ਠੇਕਾ ਇਹ ਸਰਕਾਰ ਲੈਂਦੀ ਹੈ, ਪਰ ਇੱਥੇ ਕਮਾਈ ਕਿੰਨੀ ਹੁੰਦੀ ਹੈ? ਕਮਾਈ ਹੁੰਦੀ ਹੈ ਇੱਥੇ 18 ਲੱਖ ਰੁਪਈਆ ਤੋਂ 20 ਲੱਖ ਰੁਪਈਆ। ਇਸ ਕਰਕੇ ਮੋਦੀ ਸਰਕਾਰ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੁਰਾਣਾ ਸਮਾਂ ਹੁੰਦਾ ਸੀ, ਕਹਿੰਦੇ ਜੀ ਡਾਕੂ ਹੁੰਦੇ ਨੇ, ਉਹ ਡਾਕੂ ਜੰਗਲਾਂ ਦੇ ਵਿੱਚ ਜਦੋਂ ਰਸਤਿਆਂ ਵਿੱਚ ਲੋਕ ਲੰਘਦੇ ਨੇ ਉੱਥੇ ਡਾਕੂ ਉਹਨਾਂ ਨੂੰ ਲੁੱਟਦੇ ਨੇ, ਪਰ ਮੋਦੀ ਹਕੂਮਤ ਨੇ ਇੱਥੇ ਕਾਂਗਰਸ ਸਰਕਾਰ ਨੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਆਹ ਸੜਕਾਂ ਦੇ ਉੱਪਰ ਡਾਕੂ ਮਾਨਤਾ ਪ੍ਰਾਪਤ ਉਹਨਾਂ ਨੂੰ ਮਾਨਤਾ ਦੇ ਕੇ ਵੀ ਆਹ ਚੁੱਕੋ ਤੁਹਾਡੇ ਕੋਲ ਲਾਇਸੈਂਸ, ਆਹ ਡਾਕੂ ਤੁਸੀਂ ਰੋਡਾਂ 'ਤੇ ਬਹਿ ਜਾਓ ਲੋਕਾਂ ਦੀਆਂ ਜੇਬਾਂ ਲੁੱਟਣ ਵਾਸਤੇ। ਇਸ ਕਰਕੇ ਕਦੇ ਆਉਣ ਵਾਲੇ ਦਿਨਾਂ ਦੇ ਵਿੱਚ
ਇਹ ਵੱਡੀ ਗੱਲ ਕਹਿੰਦਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਟੋਲ ਪਲਾਜ਼ੇ ਜਿਵੇਂ ਭਗਵੰਤ ਮਾਨ ਕਹਿੰਦਾ ਵੀ ਮੈਂ ਪਟਾਤੇ, ਉਹ ਭਰਾਵਾ ਤੂੰ ਨਹੀਂ ਪਟਾਏ, ਉਹ ਲੋਕਾਂ ਦੇ ਰੋਹ ਦੇ ਨਾਲ ਪੱਟੇ ਗਏ ਨੇ। ਤੈਨੂੰ ਪਤਾ ਸੀ ਵੀ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਟੋਲ ਪਲਾਜ਼ੇ ਪੱਟਣਗੇ, ਇਸ ਕਰਕੇ ਇਹਨਾਂ ਨੂੰ ਵੀ ਸਾਫ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜੀ। ਸੋ ਦੇਖ ਸਕਦੇ ਹੋ ਤਸਵੀਰਾਂ ਕਾਲਾ ਚਾਹ ਟੋਲ ਪਲਾਜ਼ਾ ਦੀਆਂ ਨੇ, ਇੱਕ ਵਾਰੀ ਉੱਧਰ ਵੀ ਮੈਂ ਕਹੂੰਗਾ ਤਸਵੀਰਾਂ ਦਿਖਾਈ ਜਾਣ। ਦੇਖ ਸਕਦੇ ਹੋ ਇੱਥੇ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜੀ ਗੱਡੀਆਂ ਹੈਗੀਆਂ ਨੇ ਉਹ ਗੁਜ਼ਰਦੀਆਂ ਨੇ। ਸੋ ਰੋਜ਼ਾਨਾ ਆਪਾਂ ਕਹਿ ਦਈਏ ਲੱਖਾਂ ਦਾ ਟਰਨਓਵਰ ਜਿਹੜਾ ਹੁੰਦਾ ਸੀ ਟੋਲ ਪਲਾਜ਼ਾ ਜ਼ਰੀਏ, ਉਹ ਕਿਤੇ ਨਾ ਕਿਤੇ ਕਾਫੀ ਨੁਕਸਾਨ ਝੇਲਣਾ ਪੈ ਰਿਹਾ। ਸੋ ਕਿਸਾਨ ਵੀਰ ਝੰਡੀਆਂ ਦਿਖਾ ਕੇ ਗੱਡੀਆਂ ਨੂੰ ਇੱਥੋਂ ਦੀ ਫ੍ਰੀ ਲੰਘਵਾ ਰਹੇ ਨੇ। ਤਸਵੀਰਾਂ ਦੇਖ ਸਕਦੇ ਹੋ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ 'ਤੇ ਸਥਿਤ ਇਹ ਕਾਲਾ ਝਾੜ ਟੋਲ ਪਲਾਜ਼ੇ ਦੀ ਤਸਵੀਰ ਹੈ। ਇੱਧਰੋਂ ਵੀ ਦੇਖੋ ਤੁਸੀਂ ਗੱਡੀਆਂ ਸਾਰੀਆਂ ਫ੍ਰੀ ਇੱਥੋਂ ਲੰਘਵਾਈਆਂ ਜਾ ਰਹੀਆਂ ਨੇ ਕਿਸਾਨ ਵੀਰਾਂ ਵੱਲੋਂ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੱਲ੍ਹ ਜਿਹੜੇ ਜੋਗਿੰਦਰ ਉਗਰਾਹਾਂ ਨੇ ਉਹਨਾਂ ਵੱਲੋਂ ਇਹ ਕਾਲ ਦਿੱਤੀ ਗਈ ਸੀ ਕਿ 2 ਦਿਨਾਂ ਲਈ ਜਿਹੜੇ ਪੂਰੇ ਪੰਜਾਬ ਦੇ ਟੋਲ ਪਲਾਜ਼ਾ ਫ੍ਰੀ ਕਰਵਾਏ ਜਾਣਗੇ, ਸੇ ਭਾਜਪਾ ਆਗੂਆਂ ਦਾ ਵੀ ਘਰਾਵ ਕੀਤਾ ਜਾਊਗਾ। ਮਨੀਗੜ੍ਹ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ।